ਅੱਜ ਇੱਥੇ ਜਿਵੇਂ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆ ਦੇ ਜਿਹੜੇ ਵੀ ਅਸੀਂ ਨਿਯਮ ਹੈ ਉਹਨਾਂ ਨੂੰ ਲਾਗੂ ਕਰਨਾ ਹੈ, ਲੋਕਾਂ ਨੂੰ ਸੇਫ ਅਤੇ ਸੁਰੱਖਿਅਤ ਅਤੇ ਮਿਆਰੀ ਫੂਡ ਮੁਹੱਈਆ ਕਰਾਉਣਾ ਹੈ ਜਿਹੜਾ ਵੀ ਖਰੀਦਦਾਰ ਹੈ ਉਹਦੇ ਵਾਸਤੇ, ਇਹ ਜ਼ਰੂਰੀ ਕੰਪੋਨੈਂਟ ਹੈ ਜਿਹੜੇ ਬਣਾਉਣ ਵਾਲੇ ਫੂਡ ਹੈ, ਕਲੀਨ ਫੂਡ ਸਟਰੀਟ ਹੱਬ ਹੈ ਜਿਹੜੇ ਜਿਹਨਾਂ ਨੇ ਦੇਣਾ, ਫਰੂਟ ਐਂਡ ਵੈਜੀਟੇਬਲ ਮਾਰਕੀਟ ਚੁਣੀ ਹੈ, ਉਹਨਾਂ ਨੂੰ ਅਸੀਂ ਇੱਦਾਂ ਦਾ ਟ੍ਰੇਨਿੰਗ ਦੇਣੀ ਆ। ਟ੍ਰੇਨਰ ਸਾਡੇ ਕੋਲ ਆਏ ਆ, ਕੁਆਲਿਟੀ ਫੂਡ ਸਰਟੀਫਿਕੇਟ ਮੈਨੇਜਮੈਂਟ ਸਰਟੀਫਿਕੇਸ਼ਨ ਵਾਲੇ ਮੈਡਮ ਅੰਚਲ ਜੀ ਆਏ ਆ, ਮੈਡਮ ਸਾਡੇ ਆਰੀਆ ਭਰਾ ਜੀ ਆਏ, ਆਰੀਆ ਜੀ ਵੀ, ਔਰ ਇਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਬੜੀ ਵਿਸਥਾਰ 'ਚ, ਲੋਕਾਂ ਨੂੰ ਬੜੀ ਲਾਭਦਾਇਕ ਹੈ। ਮਕਸਦ ਇੱਕੋ ਹੀ ਹੈ ਵੀ ਇਹ ਜਿਹੜਾ ਸਾਡੇ ਕਲੀਨ ਫਰੂਟ ਐਂਡ ਵੈਜੀਟੇਬਲ ਮਾਰਕੀਟ, ਕਲੀਨ ਫੂਡ ਸਟਰੀਟ ਹੱਬ ਹੈ, ਇਹ ਸਾਡੇ ਈਟ ਰਾਈਟ ਇਨੀਸ਼ੀਏਟਿਵਸ ਹੈ, ਔਰ ਸਰਕਾਰ ਦਾ ਉਹਦੇ 'ਤੇ ਬਲ ਕਿੰਨਾ ਰਵੱਈਆ ਵੀ ਬਿਹਤਰ ਆ, ਵੀ ਜਿਹੜੀ ਐਨਫੋਰਸਮੈਂਟ ਨੂੰ ਲਾਗੂ ਕਰਕੇ ਆਪਾਂ ਚੀਜ਼ਾਂ ਨੂੰ ਠੀਕ ਠਾਕ ਕਰੀਏ, ਉਦੋਂ ਬਿਹਤਰ ਨਹੀਂ ਹੈਗਾ ਵੀ ਲੋਕਾਂ ਨੂੰ ਮੋਟੀਵੇਟ ਕਰਕੇ ਟ੍ਰੇਨਿੰਗ ਨਾਲ, ਅਵੇਅਰਨੈਸ ਨਾਲ ਇਹ ਜਾਗਰੂਕ ਹੋ ਜਾਣ ਅਤੇ ਉਹ ਚੀਜ਼ਾਂ ਠੀਕ ਠਾਕ ਹੋ ਜਾਣ। ਉਹਦੇ ਤਹਿਤ ਅੱਜ ਆਏ ਹਾਂ, ਮਕੇਰੀਆਂ ਵਿੱਚ ਟ੍ਰੇਨਿੰਗ ਦਿੱਤੀ ਆ, ਇਹ ਤੋਂ ਬਾਅਦ ਅਸੀਂ ਅਗਲੇ ਪੜਾਓ 'ਤੇ ਚੱਲੇ, ਉੱਥੇ ਵੀ ਟ੍ਰੇਨਿੰਗ ਦੇਵਾਂਗੇ ਹੁਸ਼ਿਆਰਪੁਰ। ਮਕਸਦ ਇੱਕੋ ਹੀ ਹੈ ਸਰ। ਜ਼ਿਲ੍ਹੇ 'ਚ ਹੋਰ ਕਿੰਨੀਆਂ ਕਿੱਦਾਂ ਦੀਆਂ ਹੱਬ ਬਣਾਈਆਂ ਆਪਾਂ? ਇੱਕ ਵਾਰ 'ਚ ਇੱਕ ਚੁਣਦੇ ਨੇ, ਇੱਕ ਚੁਣਨੀ ਆ, ਜਿੱਦਾਂ ਈਟ ਰਾਈਟ ਕੈਂਪਸ ਜਾਂ ਜੋ ਵੀ ਚੀਜ਼ ਇੱਕ ਇੱਕ ਚੁਣਨੀ ਆ, ਉਹ ਜੋ ਪਿੱਛੋਂ ਟਾਰਗੇਟ ਦਿੱਤੇ ਉਹੀ ਦਿੰਦੇ ਨੇ। ਉਹ 'ਚ ਮਕੇਰੀਆਂ 'ਚ ਜਿਹੜੀ ਚੀਜ਼ ਚੁਣੀ ਆ ਉੱਥੇ ਨਹੀਂ ਚੁਣਨੀ, ਉੱਥੇ ਅਲੱਗ ਹੋਏਗਾ, ਇੱਥੇ ਅਲੱਗ ਹੋਏਗਾ। ਮਕਸਦ ਉਹੀ, ਮਕਸਦ ਮਿਸ਼ਨ ਤੰਦਰੁਸਤ ਪੰਜਾਬ ਉਹੀ ਲੱਗ ਸਰ। ਮੇਰਾ ਖਿਆਲ ਆ ਮੇਰੇ ਬਾਰੇ ਹੁਣ ਨਾਂ ਵੀ ਕੋਈ ਤੁਹਾਨੂੰ ਦੱਸੇ ਡੀ ਐੱਚ ਓ ਤਾਂ ਸਾਨੂੰ ਪਤਾ ਹੀ ਹੈ, ਹੁਣ ਅਣਜਾਣ ਜਗ੍ਹਾ ਜਾ ਕੇ ਵੀ ਲੋਕ ਪਛਾਣ ਲੈਂਦੇ ਵੀ ਹੈ। ਸੋ ਮੈਂ ਇਹ ਕਹਿਣਾ ਵੀ ਇਹ ਜਿਹੜੀ ਤੁਹਾਨੂੰ ਟ੍ਰੇਨਿੰਗ ਦਿੱਤੀ ਹੈ, ਇਹ ਫਰੂਟ ਐਂਡ ਵੈਜੀਟੇਬਲ ਮਾਰਕੀਟ ਨੂੰ ਵੀ ਆਪਾਂ ਸੋਹਣਾ ਬਣਾਉਣਾ, ਤੁਹਾਡੇ ਮੁਕੇਰੀਆਂ 'ਚ ਚੁਣੀ ਹੈ। ਇੱਕ ਜਿਹੜੀ ਕਲੀਨ ਫੂਡ ਸਟਰੀਟ ਹੱਬ ਹੈ ਜਿਹੜੀ, ਜਿਹਦੇ ਤਹਿਤ ਸਾਡੇ ਅਸ਼ੋਰ ਕੁਆਲਿਟੀ ਮੈਨੇਜਮੈਂਟ ਸਰਵਿਸਿਸ ਵੱਲੋਂ ਪੰਚਕੂਲਾ ਵੱਲੋਂ ਇਹ ਟ੍ਰੇਨਿੰਗ ਤੁਹਾਨੂੰ ਇੰਪਾਰਟ ਕੀਤੀ ਗਈ ਹੈ, ਦਿੱਤੀ ਗਈ ਆ। ਅਤੇ ਸਾਡੇ ਮੈਡਮ ਅੰਚਲ ਭਾਟੀਆ ਜੀ, ਰਾਜ ਆਰੀਆ ਜੀ, ਸੋ ਬਹੁਤ ਕੁਛ ਦੱਸਤਾ। ਮੇਰਾ ਖਿਆਲ ਹੈ ਅਤੇ ਜਿਹੜਾ ਫੂਡ ਹੈ ਨਾ, ਜਿਹੜਾ ਫੂਡ ਤੁਸੀਂ ਦਿੰਦੇ ਹੋ ਖਾਣ, ਅਤੇ ਤੁਸੀਂ ਖਰੀਦਣ ਵਾਲੇ, ਤੁਸੀਂ ਖਾਣ ਵਾਲੇ, ਜਦੋਂ ਤੁਸੀਂ ਖਾਣ ਵਾਲੇ ਹੋਵੋਗੇ ਤਾਂ ਕਿਸ ਪੈਰਾਮੀਟਰ, ਕਿਸ ਪੈਮਾਨੇ ਦੀ ਚੀਜ਼ ਲੈਣੀ ਪਸੰਦ ਕਰਦੇ ਹੋ? ਪਨੀਰ ਖਾਣ ਵਾਲੇ ਹੈ, ਪਨੀਰ ਖਰੀਦਣ ਵਾਲੇ ਆਪਾਂ ਹੈ, ਜਦੋਂ ਫਿਰ ਆਪਾਂ ਸੋਚੀਏ ਮੈਂ ਕਿੱਦਾਂ ਦਾ ਪਨੀਰ ਲੈਣਾ, ਅਤੇ ਵੇਚਣ ਵਾਲੇ ਆ, ਫਿਰ ਆਪਣੇ ਆਪ ਤੈਅ ਹੋ ਜਾਣਾ ਵੀ ਮੈਂ ਕਿੱਦਾਂ ਦੀ ਚੀਜ਼ ਦੇਣੀ ਆ। ਦੋਹਰੇ ਮਾਪਦੰਡ ਨਹੀਂ ਜੇ ਚੱਲਣੇ, ਵੀ ਤੁਸੀਂ ਕਹੋ ਖਾਣ ਵੇਲੇ ਜੋ ਮਰਜ਼ੀ ਗੰਦ ਖਿਲਾ ਦਈਏ, ਅਤੇ ਜਦੋਂ ਅਸੀਂ ਲੈਣ ਜਾਈਏ ਅਸੀਂ ਕਹੀਏ ਵੀ ਸਾਨੂੰ ਤਾਂ ਵੀ ਮਿਆਰੀ ਚੀਜ਼ ਮਿਲਣੀ ਚਾਹੀਦੀ, ਇਹ ਨਹੀਂ ਹੋਣਾ। ਸੋ ਕੋਈ ਆਪਾਂ ਸਖਤ ਨਹੀਂ ਹੈਗੇ, ਕੋਈ ਸਟ੍ਰਿਕਟ ਨਹੀਂ ਹੈਗੇ, ਪਰ ਤੁਹਾਡੇ ਬੱਚਿਆਂ ਦਾ, ਪੰਜਾਬ ਦਾ ਮਾਮਲਾ ਆ, ਫੂਡ ਦਾ ਮਾਮਲਾ ਆ, ਇਸ ਕਰਕੇ ਕੋਈ ਵੀ ਢਿੱਲ ਮਾਠੇ ਦੇ 'ਚ ਆਪਾਂ ਬਰਦਾਸ਼ਤ ਨਹੀਂ ਕਰਨਾ। ਭਾਵੇਂ ਮੇਰਾ ਸਕਾ ਭਰਾ ਵੀ ਹੋਵੇ, ਕੋਈ ਕਿੱਡਾ ਵੀ ਕਰੀਬ ਹੋਵੇ, ਕੋਈ ਸਿਫਾਰਸ਼, ਮੈਂ ਅੱਜ ਤੱਕ ਕਿਉਂ ਇੰਨਾ ਸ਼ਰੂਡ ਹੋ ਕੇ, ਬਲੰਟ ਹੋ ਕੇ ਕਿਉਂ ਚੱਲਿਆ? ਇਸ ਕਰਕੇ ਸਿਰਫ ਚੱਲਿਆ ਕਿਉਂਕਿ ਹੋਰ ਕਿਸੇ ਮਾਮਲੇ 'ਚ ਸਿਫਾਰਿਸ਼ ਮੰਨ ਲਓ, ਕੋਈ ਗੱਲ ਨਹੀਂ ਇੱਧਰ ਉੱਧਰ ਹੋ ਜਾਏ, ਪਰ ਫੂਡ ਦਾ ਮਾਮਲਾ ਇੱਦਾਂ ਦਾ ਆ ਵੀ ਜਿਹੜਾ ਤੁਹਾਡੇ ਬੋਡੀ 'ਚ ਚਲਾ ਗਿਆ, ਜਾਂ ਜਿਹੜਾ ਤੁਸੀਂ ਕਿਸੇ ਨੂੰ ਖਵਾਤਾ ਅਤੇ ਉਹ ਜਿਹਦੇ ਅੰਦਰ ਚਲਾ ਗਿਆ, ਫਿਰ ਚਲਾ ਗਿਆ, ਹੁਣ ਉਹਦਾ ਕੀ ਕਰ ਲਉਂਗੇ? ਉਹ ਤਾਂ ਅਬਜ਼ਰਵ ਹੋ ਗਿਆ, ਤੁਹਾਡੇ ਸਾਰੇ ਬੋਡੀ 'ਚ ਅਬਜ਼ਰਵ ਹੋ ਗਿਆ। ਸੋ ਉਹਦਾ ਕੋਈ ਸਲਿਊਸ਼ਨ ਨਹੀਂ ਹੈਗਾ। ਇਸ ਕਰਕੇ ਕੀ ਕਿੱਦਾਂ ਦੇ ਵਿੱਚ, ਕਿੱਦਾਂ ਦੇ ਬੰਦਿਆਂ 'ਚ, ਬੱਚਿਆਂ 'ਚ ਕਿਹੜੀ ਚੀਜ਼ ਮੂੰਹ 'ਚ ਅਸੀਂ ਪਾਉਣੀ ਆ, ਇਹ ਤੈਅ ਕਰਨਾ, ਅੱਜ ਇਹ ਫੈਸਲਾ ਕਰਨਾ ਤੁਸੀਂ। ਮੈਂ ਬਹੁਤ ਕੁਛ ਸਹਿ ਲਿਆ, ਪੋਲੀਟੀਕਲ ਹਿੰਡਰੈਂਸਿਸ, ਓਬਸਟੇਕਲਸ ਵੀ ਮੈਂ ਓਵਰਕਮ ਕਰ ਗਿਆ, ਉਹਨੂੰ ਲੰਘ ਗਿਆ, ਕਿਉਂਕਿ ਇਸ ਕਰਕੇ ਕਿਉਂਕਿ ਮੈਨੂੰ ਵਾਹਿਗੁਰੂ ਨੇ ਮੇਰਾ ਸਾਥ ਦਿੱਤਾ, ਅਕਾਲ ਪੁਰਖ ਨੇ, ਕਿਉਂਕਿ ਮੈਨੂੰ ਤੁਹਾਡੀ ਚਿੰਤਾ ਸੀ, ਤੁਹਾਡੇ ਬੱਚਿਆਂ ਦੀ ਚਿੰਤਾ ਸੀ ਵੀ ਮੈਂ ਇਹਨਾਂ ਨੂੰ ਇੱਦਾਂ ਦਾ ਫੂਡ ਨਹੀਂ ਜੇ ਦੇਣਾ, ਨਾ ਕਿਸੇ ਪੈਸੇ ਧੇਲੇ ਲਈ ਕੋਈ ਇੱਧਰ ਉੱਧਰ ਹੋਏ,
ਨਾ ਕੋਈ ਹੋਰ ਸਿਫਾਰਿਸ਼ ਜਾਂ ਕਿਸੇ ਮਾਮਲੇ 'ਚ ਕੋਈ ਰਿਸ਼ਤੇਦਾਰੀਆਂ ਨੂੰ ਵੀ ਨਹੀਂ ਮੋਹਰੇ ਰੱਖਿਆ, ਕਿਉਂਕਿ ਮੋਹਰੇ ਸਿਰਫ ਰੱਖਿਆ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਦੇ ਪੈਰਾਮੀਟਰ ਜਿਹੜੇ ਆ, ਉਹਨੇ ਕੀ ਪੈਰਾਮੀਟਰ ਤੈਅ ਕੀਤਾ, ਉਹਨੇ ਬਣਾ ਤੇ ਪੈਰਾਮੀਟਰ, ਚਾਹੇ ਉਹ ਸਫਾਈ ਦਾ ਲੈ ਕੇ ਵੀ ਆ, ਤੁਹਾਡੇ ਸਾਹਮਣੇ ਸਾਰਾ ਕੁਛ ਹੈ, ਤੁਹਾਨੂੰ ਸਾਰੇ ਪੈਂਫਲੇਟ ਵੀ ਵੰਡ ਦੇਣੇ ਆ, ਆ ਸਾਰੇ ਇੰਸਟਰਕਸ਼ਨ ਆ, ਪਰ ਇਹ ਜਿਹੜੇ 12 ਗੋਲਡਨ ਰੂਲਸ ਹੈ ਇਹ ਸਿਰਫ ਇਹਦੇ ਵਿੱਚ ਨਹੀਂ ਰਹਿਣੇ ਚਾਹੀਦੇ, ਇਹ ਲਾਗੂ ਹੋਣੇ ਚਾਹੀਦੇ ਆ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਕਈਆਂ ਨੂੰ ਲੱਗੇ ਲੋਕੀ ਸੁਪਨਾ ਲੈਂਦੇ ਹੁੰਦੇ ਆ ਵੀ ਉਲਟੀ ਗਿਣਤੀ ਵੀ ਸ਼ੁਰੂ ਕਰਦੇ ਆ ਕਈਆਂ ਦੀ, ਵੀ ਅਫਸਰ ਦਾ ਕੈਲੰਡਰ ਤੇ ਲਿਖੀ ਜਾਣਾ ਵੀ ਹੁਣ ਇਹਦਾ ਇੱਕ ਦਿਨ ਘੱਟ ਗਿਆ, ਹੁਣ ਦੂਜਾ ਦਿਨ ਘੱਟ ਗਿਆ, ਹੁਣ ਜਾਣ ਵਾਲਾ ਹੈ। ਮੈਂ ਤੁਹਾਨੂੰ ਦੱਸ ਦਿੰਦਾ ਇੱਕ ਗੱਲ, ਵੀ ਮੈਂ ਭਾਵਾਂ DHO ਨਾ ਵੀ ਰਹਾਂ ਤਾਂ ਵੀ ਮੈਂ ਇੱਦਾਂ ਦੀ ਸਟਰੈਟਜੀ ਬਣਾ ਲਊਂਗਾ ਵੀ ਮੈਂ ਫੂਡ 'ਚ ਇੰਟਰਫੀਅਰ ਕਰੂੰਗਾ, ਮੈਂ ਫੂਡ ਦੇ ਵਿੱਚ ਸਰਵਿਸ ਸੇਵਾਵਾਂ ਨਿਭਾਊਂਗਾ, ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ, ਮੈਂ ਆਪਣੇ ਇੱਦਾਂ ਦਾ ਕੁਛ ਕਰ ਲੈਣਾ ਜਿਹਦੇ ਨਾਲ ਮੈਂ ਫੂਡ ਸੇਫਟੀ ਟੀਮ ਦੇ ਨਾਲ ਮੈਂ ਵੀ ਆਊਂ ਕਰੂੰਗਾ ਤੁਹਾਡੇ ਕੋਲ, ਚਾਹੇ ਮਨੀਸ਼ ਸੋਢੀ ਜੀ ਉਦੋਂ ਹੋਣਗੇ ਸਿਸਟਮ 'ਚ, ਮੈਂ ਨਹੀਂ ਹੋਊਂਗਾ, ਪਰ ਮੈਂ ਫਿਰ ਵੀ ਆਊਂਗਾ, ਮੈਂ ਨਹੀਂ ਹਟਣਾ ਇਸ ਸੇਵਾ ਤੋਂ ਪਿੱਛੇ, ਕਿਉਂਕਿ ਮੈਂ ਤੈਅ ਕਰ ਲਿਆ ਕਿ ਪੰਜਾਬ ਨੂੰ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਕੇ ਹਟਣਾ, ਪੰਜਾਬ ਨੂੰ ਮਿਆਰੀ ਫੂਡ ਦੇ ਕੇ ਹਟਣਾ, ਜਿਹੜੀ ਗਲਤ ਪ੍ਰੈਕਟਿਸ ਸ਼ੁਰੂ ਹੋ ਗਈ ਹੈ। ਹੁਣ ਪਨੀਰ ਦੀਆਂ ਸਫਾਈਆਂ ਲੋਕ ਦਿੰਦੇ ਆ, ਪਨੀਰ ਦਾ ਮਿਆਰ ਕਿੰਨੇ ਆ ਮਨੀਸ਼, ਤੇ ਪਨੀਰ ਦੇ ਪਿਆਰ, ਪਨੀਰ ਦੇ ਮਿਆਰ, ਪਨੀਰ ਦੀ ਜਿਹੜੀ ਫੁੱਲ ਫੈਟ ਆ ਉਹ ਨਹੀਂ, ਪਨੀਰ ਦੇ ਮਿਆਰ ਕਿੰਨੇ ਤੋਂ ਲਿਖੂਗਾ ਵੀ ਮੇਰੀ ਇੰਨੀ ਫੈਟ ਹੈ ਇਹਦੇ ਚਾਹ ਆ ਨਾ, ਪਰ ਜਿਹੜਾ ਲੂਜ਼ ਪਨੀਰ ਹੈ ਜਿਹੜਾ ਅਸੀਂ ਪਿੱਛੇ ਜੇ ਸੈਂਪਲ ਭਰੇ ਆ ਉਹਦਾ ਇੱਕੋ ਹੀ ਮਿਆਰ ਹੈ, ਉਹ ਜਿਹੜੀ ਫੂਡ ਐਂਡ ਡਰੱਗ ਲੈਬ ਖਰੜ ਨੇ ਜਿਹੜਾ ਉਹ ਉਹੀ ਪੈਰਾਮੀਟਰ ਤੇ ਦੇਖਣਾ ਤੇਰਾ ਪਨੀਰ ਖਰਾ ਉਤਰਦਾ ਕਿ ਨਹੀਂ ਉਤਰਦਾ। ਤੇਰੀਆਂ ਸਫਾਈਆਂ ਨਾਲ ਸਾਨੂੰ ਕੋਈ ਮਤਲਬ ਨਹੀਂ ਹੈਗਾ, ਕੋਈ ਕਹੇ ਵੀ ਦੋ ਫੈਟ ਹੁੰਦੀ ਨਾ ਦੀ ਫਲਾਣੇ ਦੀ ਹੁੰਦੀ ਆ, ਨੋ ਕੋਈ ਐਕਸਕਿਊਜ਼ ਨਹੀਂ। ਜਿਹੜਾ ਬੰਦਾ 300-350 ਰੁਪਇਆ ਪਨੀਰ ਦਾ ਅਦਾ ਕਰਦਾ ਉਹਨੂੰ ਉਹ ਚੀਜ਼ ਮਿਲਣੀ ਚਾਹੀਦੀ। ਮੈਂ ਇਸ ਕਰਕੇ ਕਹਿਣਾ ਆਪਾਂ ਨੂੰ ਅੱਜ ਭਾਵਾਂ ਇਹ ਗੱਲਾਂ ਕਿੱਦਾਂ ਲੱਗਣ ਪਈ ਯਾਰ, ਇਹ ਸਖ਼ਤ ਹੈ ਕੌੜੀਆਂ, ਪਰ ਤੁਹਾਨੂੰ ਦੱਸਦਾ ਫੂਡ ਦਾ ਮਾਮਲਾ ਬੜਾ ਹੀ ਸੈਂਸਿਟਿਵ ਹੈ, ਸੰਵੇਦਨਸ਼ੀਲ ਹੈ। ਕਲਰ ਦੀ ਮੈਡਮ ਜੀ ਨੇ ਗੱਲ ਕੀਤੀ ਹੈ, ਬਹੁਤ ਸੋਹਣੀ, ਅਸੀਂ ਕਲਰ ਤੇ ਕਿੰਨਾ ਜ਼ੋਰ ਦਿੰਦੇ, ਮੈਂ ਇਹ ਕਹੋ ਕਰਦੇ ਹਾਂ ਚਾਹੇ ਤੁਸੀਂ ਕਲਰ ਨੂੰ ਐਡ ਕਰਦੇ ਹੋ, ਚਾਹੇ ਉਹ ਨੂੰ ਆਪਾਂ ਜਾਇਜ਼ ਕਰ ਰਾਤਾ, ਤੁਸੀਂ ਇਹ ਸੋਚੋ ਯੂਪੀ ਦੇ ਬੰਦਿਆਂ ਨੇ ਜਾਂ ਹੋਰ ਲੋਕਾਂ ਨੇ ਜਿਹਨਾਂ ਨੇ ਪਾਉਣੇ ਉਹਨਾਂ ਨੇ ਖੰਡ ਦਾ ਪੈਮਾਨਾ ਹੀ ਨਹੀਂ ਕਰਨ ਦੇਣਾ, ਕਿਉਂਕਿ ਉਹਨਾਂ ਨੂੰ ਸਪੋਰਟ ਮਿਲੇ ਵੀ ਖੰਡ ਉਹ ਦੱਸ, ਚਾਹੇ ਰਿਕਮੈਂਡਡ ਕਲਰਸ ਵੀ ਹੈ ਭਾਵੇਂ ਪਰਮਿਟਡ ਕਲਰਸ ਵੀ ਹੈ।